ਇਹੜਾ ਸੋਚਣਾ ਨੇ ਇੱਕ ਸ਼ਬਦ ਹੈਗਾ ਸੋਚਣਾ ਇਹ ਬੜਾ ਮਤਲਬ ਕਿ ਇੱਕ ਸਾਦਾ ਜਿਹਾ ਸ਼ਬਦ ਹੈ ਆ ਇਹ ਸੋਚ ਪਰ ਉਸ ਸੋਚਣ ਦੀ ਅਵਸਥਾ ਚ ਜਿਹੜਾ ਬੰਦਾ ਪਹੁੰਚਦਾ ਹੈ ਜਦੋਂ ਉਹ ਫਿਰ ਫੈਸਲੇ ਆਪਦੇ ਬਦਲਦਾ ਹੈ ਪਰ ਉਸ ਤੋਂ ਪਹਿਲਾਂ ਉਹਦੇ ਅੰਦਰ ਇੱਕ ਪਚਾਲ ਇੱਕ ਜ਼ਲਜ਼ਲਾ ਵੀ ਆਉਂਦਾ ਹੈ ਬਿਲਕੁਲ ਜੀ ਤੁਹਾਡੇ ਅੰਦਰ ਇਹ ਇਸੇ ਤਰ੍ਹਾਂ ਦਾ ਜਜ਼ਬਾਤੀ ਮਸਲਾ ਸੀ ਕਿ ਯਾਰ ਮੈਂ ਜਿਸ ਦਿਸ਼ਾ ਵੱਲ ਜਾ ਰਿਹਾ ਮੇਰੇ ਜਿਹੜੇ ਮਾਪਿਓ ਆ ਜਿਨ੍ਹਾਂ ਨੇ ਮੇਰੀ ਪਰਵਰਿਸ਼ ਕੀਤੀ ਆ ਹਾਂਜੀ ਜਿਨ੍ਹਾਂ ਨੇ ਮੇਰੇ ਚੋਂ ਪਤਾ ਨਹੀਂ ਕਿਸ ਤਰ੍ਹਾਂ ਦਾ ਇਨਸਾਨ ਦੇਖਿਆ ਚਿਤਵਿਆ ਹੋਏਗਾ ਬਿਲਕੁਲ ਜੀ ਤਾਂ ਮੈਂ ਉਹਨਾਂ ਦੇ ਅਰਮਾਨ ਤੋੜ ਰਿਹਾ ਪਰ ਇਹ ਜੋ ਤੁਸੀਂ ਸੋਚ ਰਹੇ ਸੋ ਇਹ ਬਹੁਤ ਵੱਡਾ ਸੀ ਜਦ ਕਿ ਤੁਹਾਡੀ ਏਜ ਬਹੁਤ ਛੋਟੀ ਸੀ ਤਾਂ ਮਤਲਬ ਕਿ ਅੰਦਰ ਥੌਟ ਪ੍ਰੋਸੈਸ ਕਿਸ ਤਰ੍ਹਾਂ ਜਿਹੜਾ ਨਾ ਉਹ ਚੱਲ ਰਿਹਾ ਸੀਗਾ ਉਹ ਜ਼ਰੂਰ ਥੋੜਾ ਥੌਟ ਪ੍ਰੋਸੈਸ ਦਾ ਇਦਾਂ ਜੀ ਵੀ ਕੁਝ ਤਾਂ ਤੁਹਾਨੂੰ ਪੜਿਆ ਹੋਇਆ ਸੀ ਉਹ ਚੀਜ਼ ਕਿਤੇ ਨਾ ਕਿਤੇ ਮਾਈਂਡ ਦੇ ਵਿੱਚ ਸੀਗੀ ਠੀਕ ਹੈ ਫਿਰ ਉਸ ਤੋਂ ਪਹਿਲਾਂ ਇੱਕ ਧੰ ਦੇਵੀ ਧਿਆਨ ਚ ਹੋਣਾ ਸਾਡੇ ਕਾਂਡ ਹੋਇਆ ਸੀ ਗਵਰਨਮੈਂਟ ਕਾਲਜ ਦੇ ਵਿੱਚ ਉਹ ਗਲੌਤਾ ਪੁੱਤ ਮਾਪਿਆਂ ਦਾ ਮਾਰਿਆ ਗਿਆ ਸੀ ਜੀ 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 ਠੀਕ ਹੈ ਜੀ ਵੀਰ ਮੇਰੇ ਮਾਪਿਆਂ ਨੇ ਮੈਨੂੰ ਇੱਕ ਆਵਦਾ ਸਹਾਰਾ ਬਣਾਇਆ ਕਿ ਜੇ ਮੈਂ ਰਾਹ ਚੁਣ ਲਿਆ ਜੇ ਮੈਂ ਕਾਲਜ ਲਾਈਫ ਦੇ ਵਿੱਚ ਚਲਾ ਗਿਆ ਤਾਂ ਪਤਾ ਨਹੀਂ ਕਿੱਧਰ ਨੂੰ ਚਲਾ ਜਾਵਾਂ ਗਵਾਜ ਜਾਵਾਂ ਮੈਂ ਕਿਉਂਕਿ ਮੇਰੇ ਦਾਦਾ ਜੀ ਸੀ ਬਹੁਤ ਮਿਹਨਤ ਕੀਤੀ ਉਹਨਾਂ ਨੇ ਮੇਰੇ ਡੈਡੀ ਵਰਗੇ ਦੋ ਭਰਾ ਹੈਗੇ ਆ ਪਾਪਾ ਵਰਗੇ ਉਹਨਾਂ ਨੇ ਉਹਨਾਂ ਨੂੰ ਵੰਡ ਦੀ ਦੋਨਾਂ ਨੂੰ ਚਾਰ ਪੌਣੇ ਚਾਰ ਕਿੱਲੇ ਜ਼ਮੀਨ ਸੀ ਅੱਜ ਅੱਧ ਸਵਾਟ ਕਿੱਲੇ ਹੈਗੀ ਉਹ ਮਿਹਨਤ ਕਰਕੇ ਬਣਾਈ ਉਹਨਾਂ ਨੇ ਹਨਾ ਤਾਂ ਜੇ ਮੈਂ ਚਲਾ ਗਿਆ ਤਾਂ ਦਾਦਾ ਦਾਦੀ ਸੀਗੇ ਉਦੋਂ ਅਸੀਂ ਗੱਲ ਨਹੀਂ ਤਾਂ ਇਹ ਬੰਦੇ ਕੀ ਸੋਚਣਗੇ ਵੀ ਅਸੀਂ ਕਿਦੇ ਲਈ ਮਿਹਨਤ ਕੀਤੀ ਜੀ ਫਿਰ ਉੱਥੋਂ ਮੋੜ ਪਿਆ ਫਿਰ ਸੋਚਿਆ ਵੀ ਨਹੀਂ ਯਾਰ ਕੰਮ ਕਰਨਾ ਹੈ ਠੀਕ ਹੈ ਕਰਾਂਗੇ ਮੈਂ ਮੰਨਦਾ ਹਾਂ ਕਿ ਅੱਜ ਮੈਂ ਆਪਦੇ ਮਾਪਿਓ ਦੀਆਂ ਸਪੈਕਟੇਸ਼ਨਸ ਨਹੀਂ ਪੂਰੀਆਂ ਕਰ ਪਾ ਰਿਹਾ ਪਰ ਮੈਨੂੰ ਲੱਗਦਾ ਹੈ ਵੀ ਸਾਲ ਦੋ ਸਾਲ ਜਾਂ ਤਿੰਨ ਸਾਲ ਬਾਅਦ ਉਹ ਸਮਾਂ ਆਊਗਾ ਉਹਨਾਂ ਹੁਣ ਮੈਂ ਉਹਨਾਂ ਦਾ ਬੜਾਪਾ ਆਪਦੇ ਰੀਅਲ ਮਾਪਿਓ ਦਾ ਜਿਨ੍ਹਾਂ ਨੇ ਕਿਉਂਕਿ ਮਾਪਿਓ ਇੱਕ ਤਾਂ ਉਹਨਾਂ ਨੇ ਜਨਮ ਦਿੱਤਾ ਉਹਨਾਂ ਤੋਂ ਵੱਡਾ ਵੀ ਕੋਈ ਨਹੀਂ ਇੱਕ ਨੇ ਮੈਨੂੰ ਪਾਲ ਪੋਸ ਕੇ ਵੱਡਾ ਕੀਤਾ ਉਹਨਾਂ ਤੋਂ ਵੱਡਾ ਵੀ ਕੋਈ ਨਹੀਂ ਉਹ ਦੋ ਘਰਾਂ ਦੀ ਜ਼ਿੰਮੇਵਾਰੀ ਲੈ ਕੇ ਚੱਲਣੀ ਅੱਛਾ ਦੋਨੇ ਘਰਾਂ ਦੀ ਜ਼ਿੰਮੇਵਾਰੀ ਹਾਂ ਕਿਉਂਕਿ ਮੇਰੇ ਮੰਮੀ ਐ ਦੋਨੇ ਪੈਣਾ ਹੈ अच्छा हां जी बिल्कुल ਸਾਡੇ ਨਾਨਕੇ ਘਰੇ ਹੈਗੇ ਆ ਤਾਂ ਉਹ ਫਿਰ ਚਾਰ ਜੀਆਂ ਦੀ ਜ਼ਿੰਮੇਵਾਰੀ ਚਾ ਕਿੱਕ ਨੇ ਦੋਹਾਂ ਨੇ ਜਨਮ ਦਿੱਤਾ ਦੋਹਾਂ ਨੇ ਮੈਨੂੰ ਪਾਲਿਆ ਪੋਸਿਆ ਠੀਕ ਹੈ ਕੀ ਬਾਤ ਹੋ ਸਕਦਾ ਹੈ ਕੁਝ ਗਲਤੀਆਂ ਜ਼ਿੰਦਗੀ ਦੀਆਂ ਹੋਈਆਂ ਮਾਪਿਓ ਨੂੰ ਅੱਜ ਵੀ ਮੇਰੇ ਪ੍ਰਤੀ ਮਾਨਮਟਾਬ ਹੋਣਾ ਹੁਣੇ ਚਾਹੀਦੇ ਵੀ ਹੈ ਕਿਉਂਕਿ ਮੈਂ ਉਹਨਾਂ ਦੀ ਸੋਚ ਤੇ ਪੂਰਾ ਨਹੀਂ ਉਤਰ ਪਾਇਆ ਕੋਸ਼ਿਸ਼ ਕਰ ਰਿਹਾ ਠੀਕ ਹੈ ਉਸੇ ਜਾਰੀ ਕਿਉਂਕਿ ਹੁਣ ਇੱਕ ਹੀ ਮਕਸਦ ਹੈ ਜ਼ਿੰਦਗੀ ਦਾ ਵੀ ਇੱਕ ਆਪਣੇ ਮਾਪਿਓ ਨੂੰ ਬੜਾ ਪਾ ਸੌਖਾ ਬੜਾ ਪਾ ਦੇਣਾ ਨਹੀਂ ਤੇ ਇਹ ਕੂਰੀਅਰ ਕੰਪਨੀ ਚ ਕਿ ਇਹ ਤਰੱਕੀ ਕਰੋਗੇ ਹੋਰ ਕੀ ਕੋਈ ਆਈਡੀਆ ਹੈ ਨਾਲ ਖੇਤੀ ਕਰਦੇ ਹੋ ਕਿ ਕੀ ਕੁਝ ਚੱਲ ਪਲੈਨਿੰਗਸ ਜੋ ਕਿਉਂਕਿ ਦੇਖੋ ਹੁੰਦਾ ਹੋਈ ਹੈ ਜੋ ਤੁਸੀਂ ਪਹਿਲਾਂ ਸੋਚਦੇ ਹੋ ਆਈਡੀਆ ਹੀ ਇਨੋਵੇਸ਼ਨ ਹੁੰਦਾ ਹੈ ਇਨੋਵੇਸ਼ਨ ਹੁੰਦਾ ਮਾਫ ਕਰਨਾ ਮੈਂ ਇਸੀ ਤੋਂ ਠੀਕ ਗੱਲ ਮੈਂ ਮੋੜਨਾ ਜਾਊਂਗਾ ਪਰ ਮੈਂ ਕੁਝ ਚੀਜ਼ਾਂ ਨਾ ਇਦਾਂ ਨਹੀਂ ਹੁੰਦੀਆਂ ਉਹਨਾਂ ਦੀ ਆਪਣੇ ਸਮਾਜ ਦੇ ਵਿੱਚ ਦਿੱਖ ਹੋਰ ਹੁੰਦੀ ਹੈ ਬਟ ਉਹਨਾਂ ਦੀ ਰਿਐਲਿਟੀ ਕੁਝ ਹੋਰ ਹੁੰਦੀ ਹੈ ਮੈਂ ਸ਼ੇਅਰ ਨਹੀਂ ਕਰ ਸਕਦਾ ਪਰ ਜਦੋਂ ਕਰੂੰਗਾ ਜਦੋਂ ਉਹਦੇ 'ਚ ਕੁਝ ਕੀਤਾ ਜ਼ਰੂਰ ਅੱਛਾ ਅੰਦਰ 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 ਆਈਡੀਆਸ ਚੱਲਦੇ ਜੀ ਉਹਦੇ ਲਈ ਕੰਮ ਵੀ ਕਰ ਰਿਹਾ ਮੈਂ ਤਾਂ ਉਹਦੇ ਉਹਦੇ ਉੱਤੇ ਵੀ ਕੰਮ ਕਰਦੇ ਹੋ ਆਪਦਾ ਵੀ ਹਾਂ ਆਪਦਾ ਵੀ ਕੰਮ ਤੇ ਫਿਰ ਸਮਾਜ ਦਾ ਵੀ ਦੇਖਣਾ ਵੀ ਕੀ ਚੱਲੀ ਜਾਂਦਾ ਕੀ ਹੋ ਰਿਹਾ ਕੀ ਗੱਲ ਸਮਾਜ 'ਚ ਕੀ ਚੱਲਦਾ ਸਮਾਜ 'ਚ ਤੇ ਸਭ ਕੁਝ ਠੀਕ ਹੋਏਗਾ ਨਹੀਂ ਠੀਕ ਫਿਰ ਠੀਕ ਹੁੰਦਾ ਤਾਂ ਫਿਰ ਪੰਜਾਬ ਬਚਾਉਣ ਦੇ ਰੋਲੇ ਕਿਉਂ ਕਹਿੰਦੇ ਜੀ ਇੱਕ ਪੰਜਾਬ ਬਚਾਉਣ ਦੇ ਰੋਲੇ ਆਪਣਾ ਮਤਲਬ ਕਿ ਰਾਜਸੀ ਪਿਵਿੱਖ ਬਚਾਉਣ ਵਾਸਤੇ ਵੀ ਪਾਏ ਜਾਂਦੇ ਆ ਨਾ ਨਹੀਂ ਇੱਕ ਨਾ ਚੰਦਾ ਤੇ ਏਜੰਡਾ ਬੜਾ ਮਾਈਨਰ ਜਿਹਾ ਫਰਕ ਆ ਦੋਨਾਂ ਸ਼ਬਦਾਂ ਦੇ ਵਿੱਚ ਜੀ ਚੰਦਾ ਚੜਾਉਣਾ ਸੌਖਾ ਤੇ ਇੱਕ ਏਜੰਡੇ ਥੱਲੇ ਇਕੱਠੇ ਹੋਣਾ ਬਹੁਤ ਔਖਾ ਹੂੰ ਠੀਕ ਹੈ ਜੀ ਆਪਾਂ ਗੱਲ ਕਰਦੇ ਆਂ ਬਦਲਾਵ ਦੀ ਜੀ ਬਦਲਾਵ ਐਦਾਂ ਆ ਬਦਲਾਵ ਤਾਂ ਆ ਗਿਆ ਹੁਣ ਮਾਨ ਸਾਹਿਬ ਉਹ ਨਹੀਂ ਇਹਨੂੰ ਬਦਲਾਵ ਨਹੀਂ ਨਾ ਕਹਿ ਸਕਦੇ ਅੱਛਾ ਜੀ ਬਦਲਾਵ ਮੈਨੂੰ ਗੱਲ ਕਰ ਲੈਣੀ ਚਾਹੀਦੀ ਹੈ ਵੈਸੇ ਮੈਂ ਉਹਨਾਂ ਅੰਕੜਿਆਂ ਤੇ ਗੱਲ ਨਹੀਂ ਕਰੂੰਗਾ ਕਿਉਂਕਿ ਜੇ ਅੰਕੜਿਆਂ ਤੇ ਗੱਲ ਕੀਤੀ ਤਾਂ ਵਿਵਾਦ ਛਿੜ ਪਊਗਾ ਹੂੰ ਜੀ ਠੀਕ ਹੈ ਕਿਉਂਕਿ ਆਪਣਾ ਹਜੇ ਲੈਵਲ ਨਹੀਂ ਹੈਗਾ ਨਹੀਂ 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 ਜਿੰਨੀ ਗੱਲ ਕਰਨੀ ਚਾਹੋ ਕਰੋ ਕੋਈ ਗੱਲ ਨਹੀਂ ਆਜ਼ਾਦ ਹੋ ਤੁਸੀਂ ਇੱਕ ਦੇਖੋ ਵੀ ਸਾਡੇ ਅਸੀਂ ਲੋਕ ਹਨ ਜਿਹੜੇ ਆਪਣੀ ਕਟੜਤਾ ਨਹੀਂ ਛੱਡਣਾ ਚਾਹੁੰਦੇ ਅਸੀਂ ਅੰਨੇ ਭਗਤ ਹੈ ਕੁਝ ਲੋਕ ਸਾਡੇ इमोशनल ਜ਼ਿਆਦਾ ਹੈ ਇਹਨਾਂ ਨੂੰ ਜਿੱਧਰ ਵਿਚਾਰਿਆਂ ਨੂੰ ਲਾ ਲਿਆ ਜਾਂਦਾ ਲੱਗ ਜਾਂਦੇ ਆ ਅਸੀਂ ਅਸੀਂ ਖਾਲੀ ਗੱਲ ਕਰਦੇ ਸੀ ਕਿ ਅੱਜ ਕੱਲ ਇਮੋਸ਼ਨਸ ਵੀ ਨਾ ਜਿਹੜੇ ਉਹ ਵੀ ਸਾਡੇ ਆਪਣੇ ਨਹੀਂ ਰਹੇ ਉਹ ਵੀ ਬਣਾ ਕੇ ਬਣਾ ਕੇ ਸਾਹ ਦੇਤੇ ਜਾਂਦੇ ਆ